ਨਲਵੇ ਕੋਲ ਫੌਜ ਘੱਟ ਸੀ, ਜ਼ਮੀਨ ਜ਼ਿਆਦਾ ਸੀ। ਨਲਵਾ ਜੀ ਕੋਲ ਫੌਜ ਘੱਟ ਸੀ ਅਤੇ ਜ਼ਮੀਨ ਜ਼ਿਆਦਾ ਸੀ। 1200 ਫੌਜੀਆਂ ਦੀ 1200 ਘੋੜਸਵਾਰਾਂ ਦੀ ਜ਼ਮੀਨ ਹੋਣੀ ਚਾਹੀਦੀ ਸੀ, ਉਹ ਹੈਗੀ ਸੀ, ਪਰ ਫੌਜੀਆਂ ਦੇ ਕੋਲ 800 ਸਨ। ਕਿਸੇ ਨੇ ਸ਼ਿਕਾਇਤ ਕੀਤੀ ਮਹਾਰਾਜ ਨੂੰ, ਮਹਾਰਾਜ ਨਲਵਾ ਧੋਖਾ ਦੇ ਰਿਹਾ, ਉਹਦੇ ਕੋਲ ਫੌਜ ਘੱਟ ਹੈ ਅਤੇ ਉਹਦੀ ਜ਼ਮੀਨ ਜ਼ਿਆਦਾ ਹੈ। ਮਹਾਰਾਜ ਨੇ ਕਿਹਾ, ਹੈ ਇਹ ਗੱਲ ਸੱਚੀ ਹੈ, ਬੁਲਾਓ ਨਲਵੇ ਨੂੰ। ਨਲਵਾ ਜੀ, ਕੱਲ੍ਹ ਸੁਬਹਾ ਤੁਹਾਡੀ ਮੈਂ ਪਰੇਡ ਦੀ ਪਰੇਡ ਲੈਣੀ, ਸਲਾਮੀ ਲੈਣੀ। ਲੋ ਜਨਾਬ, ਸਲਾਮੀ ਹੁੰਦੀ ਹੈ। ਨਲਵਾ ਜੀ ਨਾਲ ਟੁਰਨ ਲੱਗਦੇ ਨੇ ਸਲਾਮੀ ਵਾਸਤੇ। ਉਹਨੇ ਕਹਿੰਦੀ, ਤੂੰ ਚਬੂਤਰੇ 'ਤੇ ਰਹਿ ਅਤੇ ਲਾਹੌਰ ਫੋਰਟ ਦੇ ਸਾਹਮਣੇ ਦਰਿਆ ਰਾਵੀ ਦਾ ਜਿੱਥੇ ਡੇਰਾ ਸਾਹਿਬ ਉਸ ਤੋਂ ਅੱਗੇ ਪਰੇਡ ਗਰਾਊਂਡ ਸੀ, ਉੱਥੇ ਮਹਾਰਾਜ ਸਲਾਮੀ ਲੈਂਦੇ ਨੇ ਅਤੇ ਉਹ ਚਬੂਤਰੇ 'ਤੇ ਖੜ੍ਹਾ ਫਕੀਰ ਅਜ਼ੀਜ਼ੁੱਦੀਨ ਨਾਲ ਨੇ। ਅਤੇ ਨਲਵਾ ਫਕੀਰ ਜੀ ਨੂੰ ਕਹਿੰਦਾ ਕਿ ਜੀ ਬੰਦੇ ਤਾਂ ਘੱਟ ਨੇ ਮਹਾਰਾਜ, ਮੇਰੀ ਜਾਨ ਬਚਾਓ ਮਹਾਰਾਜ। ਉਹਨੇ ਕਿਹਾ, ਫਿਕਰ ਨਾ ਕਰ, ਸਲਾਮੀ ਲੈ ਕੇ ਵਾਪਸ ਆਉਂਦੇ ਨੇ। ਅਤੇ ਮਹਾਰਾਜ ਦੀ ਕਾਦਤ ਸੀ ਕਿ ਉਹਨਾਂ ਨੂੰ ਗੁੱਸਾ ਚੜ੍ਹੇ ਤਾਂ ਮੁੱਛ ਅਤੇ ਹੱਥ ਫੇਰਦੇ ਸੀ, ਵੱਟ ਚੜਾਉਂਦੇ ਸੀ। ਅਤੇ ਉਹਨਾਂ ਦੀ ਦੂਸਰੀ ਆਦਤ ਸੀ ਕਿ ਜਿਸ ਵੇਲੇ ਵਜ਼ੀਰ ਗੁੱਸਾ ਚੜ੍ਹਦਾ ਸੀ ਨਾ, ਮੈਂ ਨਹੀਂ ਉਸ ਉਹਨਾਂ ਦਾ ਹੈਂਕਰ ਚੀਫ ਹੁੰਦਾ ਸੀ ਜਿਹੜਾ ਮੂੰਹ 'ਤੇ ਫਿਰਦੇ ਰਹਿੰਦੇ ਸੀ, ਜਿਹੜੀਆਂ ਕਹਾਣੀ ਸੀ ਨਾ ਉੱਥੇ ਹੈਂਕਰ ਚੀਫ ਫਿਰਦੇ ਸੀ ਅਤੇ ਮੁੱਛ 'ਤੇ ਹੱਥ। ਇਟ ਮੀਨਸ ਕਿ ਮਹਾਰਾਜ ਦਾ ਗੁੱਸਾ ਅਸਮਾਨ 'ਤੇ। ਜੋ ਸਲਾਮੀ ਲੈ ਕੇ ਘੋੜਾ ਵਾਪਸ ਆ ਰਿਹਾ ਤਾਂ ਮਹਾਰਾਜ ਘੋੜਾ ਚਲਾ ਰਿਹਾ ਤਾਂ ਇੱਕ ਹੱਥ ਮੁੱਛ 'ਤੇ, ਦੂਰੋਂ ਉਹਨਾਂ ਨੇ ਤੱਕ ਲਿਆ ਕਿ ਅੱਜ ਮਹਾਰਾਜ ਨੂੰ ਗੁੱਸਾ ਬੜਾ, ਜਿਸ ਵੇਲੇ ਗੁੱਸਾ ਚੜੇਗਾ ਤਾਂ ਅਸੀਂ ਇਹਦੇ ਅੱਗੇ ਨਹੀਂ ਠਹਿਰ ਸਕਦੇ। ਨਲਵੇ ਦੇ ਪੈਰੇ ਥੱਲੇ ਜ਼ਮੀਨ ਨਿਕਲਦੀ ਹੈ ਅਤੇ ਫਕੀਰ ਅਜ਼ੀਜ਼ੁੱਦੀਨ ਨੂੰ ਕਹਿੰਦਾ, ਫਕੀਰ ਸਾਹਿਬ ਮੇਰੀ ਜਾਨ ਬਚਾਓ। ਉਹਨੇ ਕਿਹਾ, ਮਹਾਰਾਜ ਦੀ ਕਿਰਪਾ ਰਹੇਗੀ, ਫਿਕਰ ਨਾ ਕਰ। ਅਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ, ਇੰਨੇ 'ਚ ਮਹਾਰਾਜ ਗਰੀਬ ਆਉਂਦਾ ਅਤੇ ਗੁੱਸਾ ਮਹਾਰਾਜ ਦੇ ਚਿਹਰੇ 'ਤੇ, ਕਿਉਂਕਿ 800 ਬੰਦੇ ਸਿਰਫ, 1200 ਫੌਜ ਚਾਹੀਦੀ ਹੈ, 800 ਉੱਥੇ। ਅਤੇ ਫਕੀਰ ਅਜ਼ੀਜ਼ੁੱਦੀਨ ਉਹਨਾਂ ਕੁਛ ਗੱਲ ਕਰਦੇ ਨੇ ਅਤੇ ਅਹਿਸਾਸ ਮਾਰਦੇ ਨੇ, ਸ਼ਾਬਾਸ਼ ਨਲਵਾ ਜੀ, ਅਤੇ ਕਾਕਾ ਮਾਰਦੇ ਨੇ, ਹਾਂ ਹਾਂ। ਮਹਾਰਾਜ ਤੱਕਦਾ, ਮਹਾਰਾਜ ਨੂੰ ਗੁੱਸਾ ਲੱਥ ਜਾਂਦਾ, ਕਹਿੰਦਾ, ਫਕੀਰ ਜੀ, ਇਹ ਨਲਵੇ ਨੇ ਤੁਹਾਨੂੰ ਕੀ ਕਿਹਾ? ਸ਼ਾਹ ਜੀ, ਇਹ ਦੱਸੋ, ਨਲਵੇ ਨੇ ਕੀ ਕਿਹਾ? ਉਹਨੇ ਕਹੀ, ਨਲਵਾ ਨੇ ਬੜੀ ਕਮਾਲ ਗੱਲ ਕੀਤੀ, ਕਹਿੰਦਾ ਕੀ? ਕਿ ਮਹਾਰਾਜ ਨੂੰ ਫੌਜ ਚਾਹੀਦੀ ਹੈ ਜਾਂ ਫਤਿਹ? ਮਹਾਰਾਜ ਮੁਸਕੁਰਾਉਂਦਾ ਹੈ, ਮਹਾਰਾਜ ਕਹਿੰਦਾ, ਮੈਨੂੰ ਫਤਿਹ ਹੀ ਚਾਹੀਦੀ ਹੈ। ਸ਼ਾਬਾਸ਼ ਨਲਵਾ, ਹੀ ਡਿਡਨਟ ਮਾਈਂਡ ਕਿ ਉਹਦੇ ਕੋਲ 800 ਬੰਦੇ ਹੈ ਕਿ ਨਹੀਂ। ਸੋ ਐਸੀ ਮਰਦਮ ਸ਼ਨਾਸੀ ਕਹਿੰਦੇ ਨੇ ਕਿ ਪਰਸਨੈਲਿਟੀ ਨੂੰ ਪਛਾਣ ਲੈਣਾ ਕਿ ਮੇਰੇ ਵਾਸਤੇ ਕੀ ਕਰ ਸਕਦਾ, ਇਸ ਕੌਮ ਵਾਸਤੇ ਕੀ ਕਰ ਸਕਦਾ। ਸੋ ਨਲਵਾ ਪ੍ਰੈਜੈਂਟਡ ਹਿਸ, ਮਹਾਰਾਜ ਉਹਨੂੰ ਕਹਿੰਦਾ, ਇਹਨਾਂ ਨੂੰ ਗੁਫਾ ਦਿਓ। ਤੋ ਹੀ ਪ੍ਰੈਜੈਂਟਡ ਇਸ ਸਿੰਪਲ ਡੈਗਰ ਟੂ ਫਕੀਰ ਸਾਹਿਬ, ਐਂਡ ਦੈਟ ਇਜ਼ ਇਸ ਡੈਗਰ, ਉੱਤੇ ਹਾਥੀ ਦੇ ਦੰਦ ਵਾਲਾ ਡੈਗਰ, ਬਿਲੋਂਗਸ ਟੂ ਹਰੀ ਸਿੰਘ ਨਲਵਾ। ਸ਼ਾਮ ਸਿੰਘ ਅਟਾਰੀ ਵਾਲਾ ਨਾ ਸੁਣਿਆ